ਮੈਂ ਕਮੇਟੀ ਘਰ ਲੱਗੀ ਦੀ ਹਾਂ। ਉੱਥੇ ਮੈਂ ਕੀ ਨਾ ਪਈ ਸੇਵਾਦਾਰ ਹਾਂ। ਮੈਂ ਮਿਹਨਤ ਮਜ਼ਦੂਰੀ ਕਰਨੀ ਹੈ। ਤਿੰਨ ਮੇਰੇ ਬੱਚੇ ਨੇ, ਦੋ ਮੁੰਡੇ ਆ, ਮੇਰੇ ਇੱਕ ਕੁੜੀ ਆ। ਇਹਨਾਂ ਬਾਹਰ ਆਣ ਕੇ ਗਾਲਾਂ ਕੱਢੀਆਂ। ਜੂਆ ਕਹਿੰਦਾ ਸੀ ਅਸੀਂ ਇੱਥੇ ਖੇਡਣਾ, ਅਤੇ ਅਸੀਂ ਮਨਾ ਕਰਦੇ ਸੀ ਵੀ ਅਸੀਂ ਨਹੀਂ ਖੇਡਣ ਦੇਣਾ ਇੱਥੇ। ਫਿਰ ਸਾਨੂੰ ਇੱਥੇ ਉਹਨਾਂ ਗਾਲਾਂ ਗੁਲਾਂ ਕੱਢੀਆਂ, ਅਤੇ ਮੇਰੇ ਬੱਚੇ ਬਾਹਰ ਗਏ, ਉਹਨਾਂ ਨੂੰ ਰੋਕਣ ਵਾਸਤੇ ਗਏ। ਅਤੇ ਇਹਨਾਂ ਨੇ ਕਿਹਾ ਵੀ ਸਾਡੇ ਬੂਹੇ 'ਚ ਗਾਲਾਂ ਨਹੀਂ ਕੱਢਣੀਆਂ, ਸਾਡੇ ਅੰਦਰ ਕੁੜੀਆਂ ਵੀ ਬੈਠੀਆਂ, ਮੇਰੀ ਮੰਮੀ ਬੈਠੀ ਦੀ ਆ, ਅਤੇ ਇਹ ਵੀ ਚੱਕਰ ਇਹ ਚੱਲ ਗਏ ਨੇ। ਇਹਨਾਂ ਨੇ ਮੁੰਡੇ ਨੂੰ ਵੀ ਫੜ ਲਿਆ, ਅਤੇ ਮੇਰੇ ਘਰ ਵਾਲੇ ਨੂੰ ਵੀ ਫੜ ਲਿਆ। ਅਤੇ ਉੱਥੋਂ ਜਾ ਕੇ ਤਾਂ ਇਹਨਾਂ ਬੂਹੇ ਦੇ ਵਿੱਚ ਉਹਨਾਂ ਪੱਥਰ ਮਾਰਿਆ ਸੀ, ਅਤੇ ਮੁੰਡੇ ਦੇ ਦੰਦੀ ਭੋਰੀ, ਅਤੇ ਇੱਥੋਂ ਫਿਰ ਵੱਧ ਹੁੰਦਾ, ਅਤੇ ਉੱਥੇ ਉਹਨਾਂ ਦੀ ਡੈਥ ਹੋ ਗਈ। ਹਾਂਜੀ, ਪੁਲਿਸ ਫਿਰ ਮੌਕੇ 'ਤੇ ਗਈ, ਉਹਨਾਂ ਨੇ ਮੌਕਾ ਦੇਖਿਆ, ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਤੁਸੀਂ ਇੱਥੇ ਆ ਕੇ ਪਰਚਾ ਕਰੋ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਨ, ਸਾਨੂੰ ਇਨਸਾਫ ਚਾਹੀਦਾ, ਇਹਨਾਂ ਨੂੰ ਜਿੰਨੀ ਸਜ਼ਾ ਹੋਏ, ਜਿੰਨੀ ਸਜ਼ਾ ਹੋ ਸਕਦੀ ਉਨੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਸਤੀਸ਼ ਕੁਮਾਰ, ਕੀ ਗੱਲਬਾਤ ਹੋਈ ਰਾਤ? ਰਾਤੀ ਸਾਡੇ ਬੂਹੇ ਲੱਗੇ, ਜੂਆ ਖੇਡਦੇ ਸੀਗੇ। ਮੇਰੇ ਡੈਡੀ ਰੋਕਣ ਦੀ ਕੋਸ਼ਿਸ਼ ਕੀਤੀ, ਵੀ ਗਾਲੀ ਗਲੋਚ ਕਰ ਰਹੇ ਸੀਗੇ, ਗਾਲਾ ਗੁਲਾ ਕੱਢਦੇ ਸੀ। ਡੈਡੀ ਮੇਰੇ ਨੇ ਰੋਕਿਆ, ਥੋੜ੍ਹਾ ਸਮਝਾਇਆ, ਉਹ ਅੱਗੇ ਗਏ ਅਤੇ ਉਹਦੇ ਹੱਥੀਂ ਪੈ ਗਏ। ਫਿਰ ਮੈਂ ਵੀ ਆਇਆ ਅਤੇ ਮੇਰੇ ਵੀ ਹੱਥੀਂ ਪੈ ਗਏ, ਆਹ ਮੇਰੇ ਟੱਕ ਲਾਇਆ ਤਾ। ਉਸ ਤੋਂ ਬਾਅਦ ਉਹਨਾਂ ਨੇ ਪੱਥਰ ਚੁੱਕ ਕੇ ਟੋਨੀ ਨੇ ਸਿੱਧਾ ਮੇਰੇ ਡੈਡੀ ਦੇ ਮੱਥੇ 'ਤੇ ਮਾਰਿਆ। ਫਿਰ ਅਸੀਂ ਹੋਸਪਿਟਲ ਲੈ ਕੇ ਜਾਂਦੇ ਸੀਗੇ, ਫਿਰ ਫਟਾਫਟ ਚੁੱਕਿਆ, ਉਸ ਤੋਂ ਬਾਅਦ ਫਿਰ ਹੋਸਪਿਟਲ ਲੈ ਕੇ ਜਾਂਦੇ ਸੀ। ਰਾਤ ਬੀਤੀ ਰਾਤ ਇੱਕ ਵਜੇ ਦੀ ਗੱਲ ਹੈ ਕਿ ਫੋਨ ਆਇਆ ਸੀਗਾ, ਇਸ ਤਰ੍ਹਾਂ ਝਗੜਾ ਹੋਇਆ, ਅਤੇ ਉੱਥੇ ਮੈਂ ਪੁਲਿਸ ਪਾਰਟੀ ਡਿਊਟੀ ਅਫਸਰ ਨੂੰ ਭੇਜਿਆ ਸੀਗਾ, ਜੋ ਮੌਕੇ 'ਤੇ ਜਾ ਕੇ ਦੇਖਿਆ ਕਿ ਉੱਥੇ ਸਤੀਸ਼ ਕੁਮਾਰ ਪੁੱਤਰ ਬੋਧਰਾਜ ਹੈ। ਉਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਦਾ ਝਗੜਾ ਜਿਹੜਾ ਜੀ, ਇੱਕ ਰਜੇਸ਼ ਕੁਮਾਰ ਟੋਨੀ, ਦੂਸਰਾ ਹੈਗਾ ਉਹਦਾ ਭਰਾ ਮੁਕੇਸ਼ ਕੁਮਾਰ ਇਲੀਸ ਬਾਘਾ, ਤੀਸਰਾ ਹੈਗਾ ਲੱਕੀ, ਉਹ ਵੀ ਇਹਨਾਂ ਦਾ ਭਰਾ ਹੀ ਲੱਗਦਾ, ਕਿਤੇ ਆਪਸ ਵਿੱਚ ਸ਼ਰਾਬ ਸ਼ਰੂ ਪੀ ਕੇ ਗਾਲੀ ਗਲੋਚ ਕਰ ਰਹੇ ਸੀ ਬੋਧਰਾਜ ਦੇ ਘਰ ਦੇ ਸਾਹਮਣੇ। ਅਤੇ ਉਹਨਾਂ ਨੇ ਬਾਹਰ ਨਿਕਲ ਕੇ ਦੋਨਾਂ ਜਣਿਆਂ ਪਿਓ ਪੁੱਤਾਂ ਨੂੰ ਮਨਾ ਕੀਤਾ ਕਿ ਉੱਥੇ ਸਾਡਾ ਪਰਿਵਾਰ ਗਾਲਾਂ ਨਾ ਕੱਢੋ, ਜਿਸ ਕਾਲ ਤੋਂ ਉਹਨਾਂ ਦਾ ਆਪਸ ਵਿੱਚ ਝਗੜਾ, ਮਾਮੂਲੀ ਝਗੜਾ ਹੋ ਗਿਆ। ਅਤੇ ਉਹਨਾਂ ਵਿੱਚੋਂ ਮੁਕੇਸ਼ ਕੁਮਾਰ ਦਾ ਰਜੇਸ਼ ਕੁਮਾਰ ਟੋਨੀ ਆ, ਉਹਨੇ ਪੱਥਰ ਪਿਆ ਸੀ ਲਾਗੇ ਚੁੱਕ ਕੇ ਬੋਧਰਾਜ ਦੇ ਮੱਥੇ 'ਤੇ ਮਾਰਿਆ, ਜਿਹੜਾ ਜ਼ਮੀਨ 'ਤੇ ਡਿੱਗਣ ਕਰਕੇ ਉਹਦੇ ਸੱਟ ਲੱਗ ਗਈ, ਅਤੇ ਬਾਅਦ ਵਿੱਚ ਉਹਨੂੰ ਹੋਸਪਿਟਲ ਲੈ ਕੇ ਜਾ ਰਹੇ ਸੀਗੇ ਅਤੇ ਉਹਦੀ ਰਸਤੇ 'ਚ ਮੌਤ ਹੋ ਗਈ। ਨਹੀਂ, ਪਹਿਲਾਂ ਕਿਸੇ ਨੇ 112 'ਤੇ ਕੀਤੀ ਸੀ ਕੰਪਲੇਂਟ, ਕੀਤੀ ਸੀਗੀ, ਅਤੇ ਇਸ ਕਰਕੇ ਪੁਲਿਸ ਪਾਰਟੀ ਪਹਿਲਾਂ ਵੀ ਭੇਜੀ ਸੀ, ਲੇਕਿਨ ਉੱਥੇ ਕੋਈ ਬੰਦਾ ਹੈ ਨਹੀਂ ਸੀ ਉਦੋਂ, ਪੁਲਿਸ ਨੂੰ ਦੇਖ ਕੇ ਭੱਜ ਭੁੱਜ ਗਏ ਸੀਗੇ, ਓਪਨ ਏਰੀਆ ਵਾ। ਲੇਕਿਨ ਉਸ ਤੋਂ ਬਾਅਦ ਦੁਬਾਰਾ ਫਿਰ ਇਹ ਗੱਲ ਦੁਬਾਰਾ ਹੋਈ। ਬਸ ਉਹਨਾਂ ਦੇ ਜੋ ਉਹਦਾ ਬੋਧਰਾਜ ਦਾ ਬੇਟਾ ਹੈਗਾ ਸਤੀਸ਼ ਕੁਮਾਰ, ਉਹਦੇ ਬਿਆਨਾਂ 'ਤੇ ਜਿਹੜੀ ਮੁਕੱਦਮਾ ਦਰਜ ਕਰ ਰਹੇ ਹਾਂ, ਅਤੇ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।